ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਈ ਯੂਟਿਊਬ ਚੈਨਲ। ਅੱਜ ਦੀ ਜਿਹੜੀ ਆਪਣੀ ਵੀਡੀਓ ਹੈ ਜੀ, ਆਪਾਂ ਗਏ ਸਾਂ ਪੋਰਟ ਕ੍ਰੈਡਿਟ। ਇਹ ਪਾਰਟ ਏ ਸਿਟੀ ਆਫ ਮਿਸੀਸਾਗਾ ਦਾ, ਓਨਟੈਰੀਓ ਕੈਨੇਡਾ। ਅਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ, ਬਹੁਤ ਹੀ ਵਧੀਆ ਪਲੇਸ ਆ। ਲੇਕ ਦੇ ਲਾਈਕ ਕੋਰਨਰ ਦੇ ਉੱਤੇ ਪੋਰਟ ਵੀ ਬਣਿਆ ਹੋਇਆ ਅਤੇ ਲੇਕ ਸ਼ੋਰ ਵੀ ਹੈ। ਆਪਾਂ ਤੁਹਾਨੂੰ ਘੁਮਾਉਂਦੇ ਹਾਂ ਸਾਰਾ। ਬਰੈਂਪਟਨ ਤੋਂ ਆਲਮੋਸਟ 35 ਕੁ ਕਿਲੋਮੀਟਰ ਹੈ। ਅਸੀਂ ਜਾਵਾਂਗੇ ਵਾਇਆ ਮਿਸੀਸਾਗਾ ਰੋਡ, ਅਤੇ ਜਿੱਥੇ ਕਿ ਬਹੁਤ ਹੀ ਸੋਹਣੀਆਂ ਸੋਹਣੀਆਂ ਲੋਕੇਸ਼ਨਸ ਅਤੇ ਘਰ ਵੀ ਨੇ। ਇਹ ਜਿਹੜਾ ਏਰੀਆ ਜੀ, ਇਹ ਸਟਰੀਟਵੇਲ ਆ, ਬਹੁਤ ਹੀ ਸੋਹਣਾ ਏਰੀਆ, ਕਾਫੀ ਪੁਰਾਣਾ ਏਰੀਆ ਬਣਿਆ ਹੋਇਆ, ਇਸ ਕਰਕੇ ਬੜਾ ਵਧੀਆ ਏਰੀਆ ਲੱਗਦਾ ਆ। ਪੰਜਾਬੀ ਸੌਂਗਸ ਵੀ ਇੱਥੇ ਕਾਫੀ ਸ਼ੂਟ ਹੁੰਦੇ ਨੇ। ਅਤੇ ਅੱਜ ਮੌਸਮ ਵੀ ਬਹੁਤ ਵਧੀਆ ਆ, ਨਾ ਗਰਮੀ ਨਾ ਠੰਡ। ਅਤੇ ਹੁਣ ਮੈਂ ਤੁਹਾਨੂੰ ਵਿਖਾ ਰਿਹਾ ਕੁਛ ਸਾਈਡ ਦੀਆਂ ਲੋਕੇਸ਼ਨਸ, ਜਿਹੜੇ ਇੱਥੇ ਘਰ ਬਣੇ ਹੋਏ ਨੇ। ਵਿਊ ਬਹੁਤ ਹੀ ਸੋਹਣੇ ਨੇ, ਮਤਲਬ ਕਿ ਜੇ ਤੁਸੀਂ ਜਾਓ ਇਸ ਵੇ ਤੋਂ ਜ਼ਰੂਰ ਜਾਓ, ਕਿਉਂਕਿ ਵਿਊ ਬਹੁਤ ਸੋਹਣੇ ਆਉਂਦੇ ਨੇ ਇੱਥੇ। ਅਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਪੋਰਟ ਕ੍ਰੈਡਿਟ। ਗੱਡੀ ਆਪਾਂ ਹੁਣ ਇੱਥੇ ਪਾਰਕ ਕਰਕੇ ਅਸੀਂ ਫਿਰ ਤੁਹਾਨੂੰ ਇੱਥੇ ਜਿਹੜੇ ਹਿਸਟੋਰੀਕਲ, ਮਤਲਬ ਕਿ ਕਾਫੀ ਪੁਰਾਣਾ ਇਹ ਸ਼ਹਿਰ ਆ, ਇੱਥੇ ਮੈਂ ਕੁਛ ਬੋਰਡ ਦੇਖੇ ਉਹ 1850s ਦੇ ਵੀ ਲੱਗੇ ਹੋਏ ਨੇ। ਆਪਾਂ ਗੱਡੀ ਪਾਰਕ ਕਰਕੇ ਹੁਣ ਇਹ ਜਿਹੜਾ ਇੱਕ ਮੈਮੋਰੀਅਲ ਪਾਰਕ ਇੱਥੇ, ਆਪਾਂ ਉਹਦੇ ਵਿੱਚੋਂ ਚੱਲੇ ਹਾਂ। ਪਹਿਲਾਂ ਆਪਾਂ ਚੱਲਾਂਗੇ ਜਿਹੜੀ ਇੱਥੇ ਲੇਕ ਹੈ ਉਹਦੇ ਕੋਰਨਰ 'ਤੇ, ਮਤਲਬ ਕਿ ਬਹਿਣ ਵਾਸਤੇ ਜਗ੍ਹਾ ਬਣਾਈ ਹੋਈ ਹੈ ਬਹੁਤ ਹੀ ਵਧੀਆ। ਅਤੇ ਆ ਤੁਸੀਂ ਦੇਖ ਸਕਦੇ ਹੋ ਇਹ ਸਾਈਡ ਵੋਕ ਹੈ ਲੇਕ ਦੇ ਨਾਲ ਨਾਲ, ਅਤੇ ਪਾਰਕ ਨੂੰ ਕਨੈਕਟ ਕਰਦੀ ਹੈ। ਇੱਥੇ ਆਪਾਂ ਵੋਕ ਕਰਕੇ, ਮਤਲਬ ਪਾਰਕ ਦੇ ਵਿੱਚ, ਇਹ ਜਿਹੜਾ ਤੁਸੀਂ ਇਹ ਆਹ ਵੇਖੋ, ਬਹੁਤ ਹੀ ਪੁਰਾਣੀ ਇੱਕ ਸ਼ਿਪ ਖੜ੍ਹੀ ਹੈ ਇੱਥੇ। ਮਤਲਬ ਕਿ ਇੱਥੋਂ ਆਪਾਂ ਆਈਡੀਆ ਲਾ ਸਕਦੇ ਹਾਂ ਕਿ ਪੋਰਟ ਬਹੁਤ ਪੁਰਾਣਾ ਆ। ਬਿਲਕੁਲ ਸਾਹਮਣੇ ਮਿਸੀਸਾਗਾ ਆ, ਉਸ ਤੋਂ ਤੁਸੀਂ ਥੋੜ੍ਹਾ ਜਿਹਾ, ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਰਿਹਾ, ਇਹ ਟੋਰਾਂਟੋ ਦਾ ਡਾਊਨ ਟਾਊਨ ਆ। ਦੇਖੋ ਸੀਐਨ ਟਾਵਰ ਤੁਸੀਂ ਵੇਖ ਰਹੇ ਹੋਵੋਗੇ, ਇਹ ਡਾਊਨ ਟਾਊਨ ਜਿਹੜੀ ਆ ਲੇਕ ਏ, ਇਹ ਇੱਕ ਸਾਈਡ ਤੋਂ ਮਤਲਬ ਕਿ ਮਿਸੀਸਾਗਾ ਨੂੰ ਕਨੈਕਟ ਆ ਜਿੱਥੇ ਪੋਰਟ ਕ੍ਰੈਡਿਟ ਆ, ਇਹੀ ਲੇਕ ਇੰਨੀ ਵੱਡੀ ਹੈ ਜਾ ਕੇ ਡਾਊਨ ਟਾਊਨ ਨੂੰ ਵੀ ਟੱਚ ਕਰਦੀ। ਹੁਣ ਆਪਾਂ ਚੱਲਦੇ ਹਾਂ ਜੀ ਵਾਪਸ ਘੁੰਮਣ ਫਿਰਨ। ਆਹ ਗੀਜ਼ ਨੇ ਜੀ, ਇੱਥੇ ਬਹੁਤ ਜ਼ਿਆਦਾ ਹੁੰਦੀਆਂ ਨੇ ਕੈਨੇਡਾ ਦੇ ਵਿੱਚ। ਹੁਣ ਆਪਾਂ ਚੱਲਦੇ ਹਾਂ ਜੀ, ਤੁਹਾਨੂੰ ਵਿਖਾਉਂਦੇ ਹਾਂ ਪੋਰਟ ਕ੍ਰੈਡਿਟ ਲਾਈਟ ਹਾਊਸ ਹੈ, ਜਿਹੜਾ ਕਿ 1991 ਦੇ ਵਿੱਚ ਰੀਬਿਲਟ ਹੋਇਆ। ਇਹ ਜਿਹੜਾ ਏਰੀਆ ਆ ਪੋਰਟ ਕ੍ਰੈਡਿਟ, ਇਹ ਇੰਟਰਨੈਸ਼ਨਲ ਟ੍ਰਾਂਸਫਰ ਵਾਸਤੇ ਵੀ ਯੂਜ਼ ਹੁੰਦਾ ਸੀ। ਬਹੁਤ ਹੀ ਸੋਹਣੀ ਗ੍ਰੀਨਰੀ ਆ, ਮੇਰੇ ਬੈਕ ਸਾਈਡ ਤੁਸੀਂ ਵੇਖ ਸਕਦੇ ਹੋ। ਅਤੇ ਕਾਫੀ ਪੁਰਾਣੀਆਂ ਇੱਥੇ ਚਰਚ ਵੀ ਸਨ, ਮੈਂ ਚਰਚ ਵੀ ਤੁਹਾਨੂੰ ਵਿਖਾ ਰਿਹਾ। ਇੱਕ ਜਿਹੜੀ ਬਿਲਡਿੰਗਸ ਨੇ ਬਹੁਤ ਪੁਰਾਣੀਆਂ ਨੇ। ਅਤੇ ਹੁਣ ਮੈਂ ਲੈ ਕੇ ਚੱਲਦਾ ਤੁਹਾਨੂੰ ਜਿਹੜਾ ਇੱਥੋਂ ਦਾ ਮੇਨ ਪੁਆਇੰਟ ਆ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਸਾਂ, ਪੋਰਟ ਕ੍ਰੈਡਿਟ ਲਾਈਟ ਹਾਊਸ। ਅਤੇ ਇਹ ਮਤਲਬ ਇੱਕ ਕਾਫੀ ਲੰਮੀ ਜਿਹੀ ਬਿਲਡਿੰਗ ਬਣੀ ਹੁੰਦੀ ਹੈ, ਪੋਰਟ ਹੋਪ ਵੀ ਆਪਾਂ ਇਹਨੂੰ ਕਹਿ ਦਿੰਦੇ ਹਾਂ, ਮਤਲਬ ਕਿ ਜਿਹਦੇ ਨਾਲ ਜਿਹੜੇ ਵੀ ਸ਼ਿਪ 'ਤੇ ਜਾਂ ਕੋਈ ਬੋਟ 'ਤੇ ਰਾਤ ਨੂੰ ਕੋਈ ਆ ਰਿਹਾ ਇਹਦੇ ਉੱਤੇ ਲਾਈਟ ਲੱਗੀ ਹੁੰਦੀ ਹੈ, ਦੂਰੋਂ ਹੀ ਪਹਿਚਾਣ ਹੋ ਜਾਂਦੀ। ਆਹ ਵੇਖੋ ਜੀ, ਆਹ ਇੱਥੋਂ ਦਾ ਵਿਊ ਆ, ਲੋਕਾਂ ਦੀਆਂ ਪ੍ਰਾਈਵੇਟ ਜਿਹੜੀਆਂ ਬੋਟਸ ਨੇ ਜਾਂ ਰੈਂਟਲ ਵੀ ਆਪਾਂ ਇੱਥੋਂ ਹਾਇਰ ਕਰ ਸਕਦੇ ਹਾਂ ਜਿਨ੍ਹਾਂ ਨੇ ਵਾਟਰ ਐਕਟੀਵਿਟੀਜ਼ ਕਰਨੀਆਂ ਨੇ। ਕਾਫੀ ਫੇਮਸ ਰੈਸਟੋਰੈਂਟ ਵੀ ਹੈ ਇੱਥੇ ਸਨ ਹਾਰਬਰ ਦੇ ਨਾਂ ਤੋਂ।
वीकेंड बहुत ज़्यादा बिजी रहिंदा इत्थे क्योंकि काफ़ी पार्टीज़ हुंदियां ने। तो आपां हुण ब्रिज दे उत्तों जा रहे हां जी दूजे पासे। एक होर बहुत ही वधिया इत्थों दी लाइक फेमस लोकेशन आ जिथे सारे फोटोग्राफ्स या वीडियोज़ बनाते हैं वह आ जी आ वूडन ब्रिज। बिल्कुल सेंटर दे विच वूडन ब्रिज आ, दोवें पासे दे सीटिंग्स ने। ये बहुत सोहनी एक साइडवॉक बनी हुई है लेक दे नाल नाल। ते इत्थे ऑलमोस्ट सारे लोग वॉक कर आते हैं, घूम आते हैं, वेखण आते हैं। बहुत ही वधिया एरिया जी घूमन वास्ते जेडे कि टोरंटो दे नाल नाल ने। ते मेरे बैक साइड ते जेडी तुसी बिल्डिंग वेख रहे हो ये आ जी पॉट क्रेडिट लाइट हाउस जिहदी आपां गल कर रहे सां, ये इत्थों दी मेन लोकेशन आ। ओके जी हुण आपां चले आ जी घर। थैंक्स सारी फेसबुक ते यूट्यूब फैमिली दा भी। प्लीज़ लाइक शेयर एंड सबसक्राइब माई यूट्यूब चैनल ताकि असी होर भी सोहनी सोहनी वीडियोज़ पाइए ते अपलोड करिए ते तुसी वेख सको। थैंक यू जी।